ਸਾਡੀ ਜੀਰੀ ਮੰਡੀ 'ਚ ਪਈ ਹੈ, ਖਰੀਦਣ ਵਾਲਾ ਕੋਈ ਨਹੀਂ। ਬਾਹਰ ਜਾ ਰਹੀ ਸੀ, ਬੈਨ ਕਰਤਾ ਇਹਨਾਂ ਨੇ। ਚੌਲ ਬਾਹਰ ਜਾ ਰਿਹਾ ਸੀ, ਇਹਨਾਂ ਨੇ 20% ਟੈਕਸ ਲਾ ਦਿੱਤਾ। ਪ੍ਰਾਈਵੇਟ ਖਰੀਦਣ ਨਹੀਂ ਦਿੰਦੇ, ਆਪ ਖਰੀਦਦੇ ਨਹੀਂ। ਮੰਡੀ 'ਚ ਪਈ ਹੈ, ਉੱਤੋਂ ਬਾਰਿਸ਼ ਹੈ, ਗਲ ਰਹੀ ਹੈ। ਜਿੰਨਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ, ਉਸ ਤੋਂ 2 ਗੁਣਾ ਕਰਜ਼ਾ ਕਾਰਪੋਰੇਟ ਦਾ ਮਾਫ ਕਰਤਾ ਹੈ। ਇਸ ਤਰ੍ਹਾਂ ਕਿ ਜੰਗ ਜੁੰਗੇ 'ਚ ਅਸੀਂ ਕੁੱਟ ਲਿਆ ਗਏ ਉਹਨਾਂ ਨੂੰ। ਜੰਗ ਜੁੰਗ ਲੜਨ ਨੂੰ ਸਾਡੇ ਤੋਂ ਤਕੜੇ ਨਹੀਂ ਹੈ। 30,000 ਕਰੋੜ ਦੀ ਸਮੈਕ ਅਡਾਣੀ ਦੇ ਅੱਡੇ ਤੋਂ ਫੜੀ ਜਾਂਦੀ ਹੈ। ਕੀ ਕਾਰਵਾਈ ਕੀਤੀ ਹੈ ਜੀ? ਮਤਲਬ 30,000 ਕਰੋੜ ਦੀ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕੁਛ ਆਮ ਬੰਦਾ ਲਿਆ ਸਕਦਾ 30,000 ਕਰੋੜ ਦੀ? ਜਿਹਨੇ ਵੀ ਇਹ ਕਾਰਵਾਈ ਕੀਤੀ ਉਹਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ 'ਚ ਯੂਨੀਵਰਸਿਟੀ ਦਾ ਤਾਂ ਆਪਾਂ ਕੋਈ ਕਸੂਰ ਨਹੀਂ ਕੱਢ ਸਕਦੇ, ਕਿਉਂਕਿ ਜਿਹਨੇ ਗਲਤ ਕੰਮ ਕਰਨਾ ਜੇ ਕੋਈ ਪੰਜਾਬ ਵਿੱਚ ਚੋਰੀ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਪੰਜਾਬ ਸਰਕਾਰ ਨੇ ਕਰਾਈ। ਹਾਂ, ਸਖਤਾਈ ਉਹਦੇ 'ਤੇ ਜ਼ਰੂਰ ਹੋਣੀ ਚਾਹੀਦੀ ਹੈ, ਸਜ਼ਾ ਉਹਨਾਂ ਨੂੰ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰਾਂ ਨੂੰ ਨਿਸ਼ਾਨੇ 'ਤੇ ਲਿਆ। ਚੜੂਨੀ ਨੇ ਵੱਖ ਵੱਖ ਮੁੱਦਿਆਂ 'ਤੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਝੋਨਾ ਮੰਡੀਆਂ 'ਚ ਪਿਆ ਪਰ ਖਰੀਦਣ ਵਾਲਾ ਕੋਈ ਨਹੀਂ। ਚੜੂਨੀ ਨੇ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਘੇਰਿਆ ਉੱਥੇ ਹੀ ਪਾਣੀਆਂ ਦੇ ਮੁੱਦੇ ਨੂੰ ਵੀ ਉਭਾਰਿਆ। ਅੱਜ ਸਾਡੀ ਜੀਰੀ ਮੰਡੀ 'ਚ ਪਈ ਹੈ, ਖਰੀਦਣ ਵਾਲਾ ਕੋਈ ਨਹੀਂ। ਬਾਹਰ ਜਾ ਰਹੀ ਸੀ, ਬੈਨ ਕਰਤਾ ਇਹਨਾਂ ਨੇ। ਚੌਲ ਬਾਹਰ ਜਾ ਰਿਹਾ ਸੀ, ਇਹਨਾਂ ਨੇ 20% ਟੈਕਸ ਲਾ ਦਿੱਤਾ। ਪ੍ਰਾਈਵੇਟ ਖਰੀਦਣ ਨਹੀਂ ਦਿੰਦੇ, ਆਪ ਖਰੀਦਦੇ ਨਹੀਂ। ਮੰਡੀ 'ਚ ਪਈ ਹੈ, ਉੱਤੋਂ ਬਾਰਿਸ਼ ਹੈ, ਗਲ ਰਹੀ ਹੈ। ਕੋਈ ਸਾਡਾ ਵਾਲੀ ਵਾਰਸ ਨਹੀਂ ਹੈ। ਅੱਜ 9 ਬੰਦਿਆਂ ਕੋਲ 50 ਕਰੋੜ ਲੋਕਾਂ ਦੇ ਬਰਾਬਰ ਸੰਪੱਤੀ ਹੈ। ਅੱਜ 22 ਕਰੋੜ ਲੋਕ ਸਾਡੇ ਦੇਸ਼ ਦੇ ਵਿੱਚ ਭੁੱਖੇ ਨੇ। ਅੱਜ 28 ਬੇਰੁਜ਼ਗਾਰ ਨੂੰ ਸੁਸਾਈਡ ਕਰ ਰਹੇ ਨੇ। ਅੱਜ ਹਰ ਘੰਟੇ ਦੇ ਵਿੱਚ 2 ਕਿਸਾਨ ਕਰਜ਼ੇ 'ਚ ਦੱਬ ਕੇ ਸੁਸਾਈਡ ਕਰ ਜਾਂਦੇ ਹੈ। ਜਿੰਨਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ, ਉਸ ਤੋਂ 2 ਗੁਣਾ ਕਰਜ਼ਾ ਕਾਰਪੋਰੇਟ ਦਾ ਮਾਫ ਕਰਤਾ ਹੈ। ਪੂਰੇ ਦੇਸ਼ ਨੂੰ ਟੁਕੜੇ ਕਰਕੇ ਵੇਚਿਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਇਹ ਗੰਦੀ ਰਾਜਨੀਤੀ ਜਿਹੜੀ ਹੈ, ਜਿਹੜੀ ਆਪਣੇ ਸਵਾਰਥ ਵਾਸਤੇ ਰਾਜਨੀਤੀ ਹੋ ਗਈ, ਨਾ ਕਿ ਦੇਸ਼ ਦੀ ਜਨਤਾ ਵਾਸਤੇ, ਉਸ ਚੀਜ਼ ਨੇ ਸਾਡੇ ਦੇਸ਼ ਦਾ ਬੇੜਾ ਗਰਕ ਕਰਤਾ। ਇਸ ਤਰ੍ਹਾਂ ਹੈ ਕਿ ਜੰਗ ਜੁੰਗ 'ਚ ਅਸੀਂ ਕੁੱਟ ਲਿਆਂਗੇ ਉਹਨਾਂ ਨੂੰ। ਜੰਗ ਜੁੰਗ ਲੜਨ ਨੂੰ ਸਾਡੇ ਤੋਂ ਤਕੜੇ ਨਹੀਂ ਹੈ, ਪਰ ਉਹਨਾਂ ਦੀ ਜਿਹੜੀ ਨੀਤੀਆਂ ਹੈ ਉਹ ਡੰਡੇ ਵਾਲੀ ਨੀਤੀ ਹੈ, ਪ੍ਰਚਾਰ ਵਾਲੀ ਨੀਤੀਆਂ ਨਹੀਂ, ਸਮਝਾਉਣ ਵਾਲੀ ਨੀਤੀਆਂ ਨਹੀਂ। ਕਿੰਨੇ ਅੱਜ ਤੱਕ ਉਹਦਾ ਕੈਂਪ ਲਾਏ ਨੇ ਜਿਹੜੇ ਉਹ ਸਮਝਾਉਣ ਲੋਕਾਂ ਨੂੰ, ਕਿੰਨੇ ਉਹਨਾਂ ਨੇ ਰਾਹਤ ਦਿੱਤੀ ਹੈ, ਸੁਪਰੀਮ ਕੋਰਟ ਦਾ ਫੈਸਲਾ ਤੱਕ ਉਹਨਾਂ ਨੇ ਨਹੀਂ ਮੰਨਿਆ। ਡੰਡਾ ਸਾਡੇ ਚਲਾਉਣ ਜਾਣਦੇ ਨੇ ਬਸ। ਅਤੇ ਅਸੀਂ ਇਹਨਾਂ ਸਾਰੀ ਚੀਜ਼ਾਂ ਦਾ ਜਿਹੜੀ ਇਹ ਸਖਤਾਈ ਕਰਦੇ ਨੇ ਉਹਦੇ ਵਿਰੋਧੀ ਆ। ਹਾਂ, ਦੇਸ਼ ਦੇ ਪੱਖ ਦੇ ਵਿੱਚ ਜੋ ਕਰਨਾ ਚਾਹੀਦਾ ਉਹ ਲੋਕਾਂ ਨੂੰ ਸਮਝਾ ਕੇ, ਲੋਕਾਂ ਨੂੰ ਗਿਆਨ ਦੇ ਕੇ ਕਰਨਾ ਚਾਹੀਦਾ। ਇਹ ਡਿਸਪਿਊਟਡ ਮੈਟਰ ਨੇ, ਇਹ ਡਿਸਪਿਊਟਡ ਮੈਟਰ ਰਾਜਨੀਤਿਕ ਪਾਰਟੀਆਂ ਦੁਆਰਾ ਚੱਕੇ ਜਾਂਦੇ ਨੇ। ਨਾ ਇਹਨਾਂ ਨੂੰ ਕੋਈ ਬਣਾਉਣਾ, ਨਾ ਇਹਨਾਂ ਨੂੰ ਕਿਸੇ ਨੇ ਸਿਰੇ ਲਾਉਣਾ ਹੈ। ਅਤੇ ਦੂਜੀ ਗੱਲ ਇਹ ਹੈ, ਜਿਹੜਾ ਰੱਬ ਨੇ ਪਾਣੀ ਦਿੱਤਾ ਹੈ ਉਹ ਪੂਰੇ ਦੇਸ਼ ਦੇ ਵਿੱਚ ਕਿੱਥੇ ਬੰਨਿਆ? ਅੱਜ ਤੱਕ ਕਿਹੜਾ ਬਜਟ ਖਰਚ ਕੀਤਾ ਹੈ? ਜਿਹੜਾ ਭਾਖੜਾ ਡੈਮ ਦਾ ਜਿਹੜਾ ਨਕਸ਼ਾ ਸੀ, ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ, ਉਹ ਇਹ ਸੀ ਵੀ ਇੱਥੋਂ ਨਹਿਰਾਂ ਨਾ ਦਿਓ, ਇਹਨੂੰ ਸ਼ਿਵਾਲਿਕ ਦੀ ਪਹਾੜੀ ਦੇ ਨੇੜੇ ਲੈ ਜਾਓ ਪਾਣੀ ਨੂੰ, ਅੱਗੇ ਹੋਰ ਬਰਸਾਤੀ ਪਾਣੀ ਰਲੇਗਾ, ਉਹਦੇ ਨਾਲ ਹੋਰ ਡੈਮ ਬਣਾਓ, ਉਹਦੇ ਨਾਲ ਹੋਰ ਬਿਜਲੀ ਬਣੇਗੀ, ਉੱਥੋਂ ਨਹਿਰਾਂ ਕੱਢੋ, ਫਿਰ ਅੱਗੇ ਲੈ ਜਾਓ, ਫਿਰ ਉੱਥੋਂ ਹੋਰ ਪਾਣੀ ਰਲੇਗਾ। ਇਹ ਪੂਰਾ ਕਿੰਨੇ ਹਜ਼ਾਰ ਕਿਲੋਮੀਟਰ ਦਾ ਆਪਣਾ ਏਰੀਆ ਹੈ ਪਹਾੜੀ ਦੇ ਨੇੜੇ ਦਾ, ਟੋਟਲ ਪਾਣੀ ਜਿੰਨਾ ਬਾਰਿਸ਼ ਦਾ ਆਉਂਦਾ ਹੈ, ਜਿਹੜਾ ਪਰਮਾਤਮਾ ਨੇ ਸਮੁੰਦਰ 'ਚੋਂ ਚੱਕਿਆ ਹੈ, ਸ਼ੁੱਧ ਕੀਤਾ ਹੈ ਅਤੇ ਪਹਾੜ 'ਤੇ ਛੱਡਿਆ ਹੈ, ਉਸ ਪਾਣੀ ਨਾਲ 2 ਕੰਮ ਹੋ ਸਕਦੇ ਸੀ। ਜਿਵੇਂ ਸਾਡੀ ਢਲਾਣ ਹੈ ਦੇਸ਼ ਦੀ, ਭੂਗੋਲਿਕ ਸਥਿਤੀ ਹੈ, 2 ਕੰਮ ਹੋ ਸਕਦੇ ਸੀ, ਪੂਰੀ ਬਿਜਲੀ ਫਰੀ ਅਤੇ ਪੂਰੇ ਦੇਸ਼ ਨੂੰ ਪਾਣੀ ਇਹਦੇ ਨਾਲ ਮਿਲ ਸਕਦਾ ਹੈ। ਅਸੀਂ ਬਰਸਾਤੀ ਪਾਣੀ ਬੰਨਿਆ ਕਦੋਂ ਹੈ? ਜਦੋਂ ਬਾਰਿਸ਼ ਪੈਂਦੀ ਹੈ, ਲੱਖਾਂ ਏਕੜ ਸਾਡੀ ਜ਼ਮੀਨ ਡੁੱਬਦੀ ਹੈ, ਹਜ਼ਾਰਾਂ ਸਾਡੇ ਬੰਦੇ ਮਰਦੇ ਨੇ, ਪਾਣੀ ਵਾਪਸ ਸਮੁੰਦਰ ਚਲੇ ਜਾਂਦਾ ਹੈ, ਆਪਾਂ ਲੜ ਰਹੇ ਹਾਂ, ਉਸ 'ਤੇ ਕੋਈ ਬਜਟ ਖਰਚ ਨਹੀਂ ਕਰਦਾ। ਪਹਿਲੀ ਪੰਚਵਰਸ਼ੀ ਯੋਜਨਾ ਦੇ ਵਿੱਚ 14% ਬਜਟ ਸੀ ਖੇਤੀ ਦੇ ਖਰਚ, ਹੁਣ 1% ਵੀ ਕੋਈ ਨਹੀਂ ਰਿਹਾ। ਅਸੀਂ ਉਹਦੇ ਸ਼ਾਮਿਲ ਨਹੀਂ ਹੈ ਅਤੇ ਸਾਨੂੰ ਇਹ ਵੀ ਨਹੀਂ, ਨਾ ਉਹਨਾਂ ਕੋਲ ਦੱਸਿਆ ਵੀ ਕੀ ਉਹਨਾਂ ਦਾ ਮੁੱਦਾ ਹੈ, ਕਿਹੜੇ ਮੁੱਦੇ 'ਤੇ ਕਰਨਾ, ਨਾ ਉਹਨਾਂ ਕੋਲ ਸਹਿਯੋਗ ਮੰਗਦੇ ਸਨ। ਤੀਸਰਾ ਭਰਾ ਜੀ, ਸਰਕਾਰ ਬਕਵਾਰੀ ਹੈ। 30,000 ਕਰੋੜ ਦੀ ਸਮੈਕ ਫੜੀ ਜਾਂਦੀ ਹੈ ਅਡਾਣੀ ਦੇ ਅੱਡੇ ਤੋਂ। ਇਹ ਵੀ ਮੁੱਦਾ ਕਿ ਪੰਜਾਬ ਦਾ, ਮੈਂ ਕਹਿੰਦਾ ਪੰਜਾਬ ਦਾ ਨਹੀਂ, ਦੇਸ਼ ਦਾ ਹੈ ਜੀ। ਇਹ ਇਕੱਲੇ ਪੰਜਾਬ 'ਚ ਨਹੀਂ ਹੈ, ਨਸਾ ਹਰਿਆਣੇ 'ਚ ਵੀ ਵੜ ਗਿਆ ਹੈ, ਪੂਰੇ ਦੇਸ਼ 'ਚ ਵੜ ਗਿਆ ਹੈ। 30,000 ਕਰੋੜ ਦੀ ਸਮੈਕ ਅਡਾਣੀ ਦੇ ਅੱਡੇ ਤੋਂ ਫੜੀ ਜਾਂਦੀ ਹੈ। ਕੀ ਕਾਰਵਾਈ ਕੀਤੀ ਹੈ ਜੀ? ਮਤਲਬ 30,000 ਕਰੋੜ ਦੀ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕੁਛ ਆਮ ਬੰਦਾ ਲਿਆ ਸਕਦਾ 30,000 ਕਰੋੜ ਦੀ? ਕੌਣ ਲਿਆ? ਇਹਦਾ ਮਤਲਬ ਇਹ ਹੈ ਕਿ ਇਹ ਜਿਹੜੇ ਪੂੰਜੀਪਤੀ ਨੇ, ਇਹ ਸਮਗਲਿੰਗ ਵੀ ਕਰਨਗੇ, ਇਹ ਨਸ਼ਾ ਲਾ ਲਾ ਕੇ ਮਾਰਨਗੇ ਸਾਡੇ ਨੌਜਵਾਨਾਂ ਨੂੰ, ਅੱਧੇ ਨੂੰ ਭੁੱਖੇ ਮਾਰਨਗੇ, ਅੱਧੇ ਨਸ਼ਾ ਦੇ ਕੇ ਮਾਰਨਗੇ। ਦੇਖੋ ਇਹਦੇ ਜਿਹੜਾ ਹੈ, ਜਿਹਨੇ ਵੀ ਇਹ ਕਾਰਵਾਈ ਕੀਤੀ ਉਹਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ 'ਚ ਯੂਨੀਵਰਸਿਟੀ ਦਾ ਤਾਂ ਆਪਾਂ ਕੋਈ ਕਸੂਰ ਨਹੀਂ ਕੱਢ ਸਕਦੇ, ਕਿਉਂਕਿ ਜਿਹਨੇ ਗਲਤ ਕੰਮ ਕਰਨਾ ਜੇ ਕੋਈ
पंजाब चोरी होंगी है तो यह मतलब यह नहीं पंजाब सरकार ने कराई। हाँ, सख्ताई वेद जरूर होनी चाहिए, सज़ा उन्होंने जरूर मिली। सालाना मेला जो हर साल असी यह जोड़ मेला और भंडारा मनाने उस तरीके अज भी साडा यह जो भंडारा और जोड़ मेला चल रहा है और बड़ी अच्छ खुशी की गल है क्योंकि कई साल बाद लॉकडाउन तो बाद करोना की महामारी तो बाद बड़ी मुश्किल नाल लोग जड़े हैं वो दोबारा फिर जुड़ के बैठन लगे हैं और अज मेले की बहुत वधिया रौनक तुसी देख रहे हो जिहड़ा कि दो साल बाद अज मेले की जिहड़ी रौनक आ वो देखण वाली है। अज कलाकार भी पहुंचे ने, छोटे कलाकार भी पहुंचे ने, कलाकार हर साल ही होंगे और तुसी वेख्या होगा कि साढ़े जिहड़े प्रोग्राम है वो जां तां धार्मिक गीत गाए जाते हैं इत्थे जां फिर नरोल सभ्याचार जिहड़ा कि पंजाब दा सभ्याचार अलोप हुंदा जा रहा है उहनूं जिउंदा रखण दे लई असी इत्थे सभ्याचार वी नाल करदे हैं कि अज जिहड़ी साडी नौजवान पीढ़ी है उहनां नूं साडे सभ्याचार बारे पता लग सके, इस करके धार्मिक और सभ्याचार दोनों ही साडे प्रोग्राम होंदे आ। अज चड़ूनी साहब भी स्पैशल पहुंचे ने उरे ते उहनां नाल थोड़ी गलबात भी होई, किहड़े मुद्दे ते गल होई है? देखो चड़ूनी साहब अज बाबा जी दे दर्शन करन वास्ते आए सी मेले ते और संगत दे दर्शन करन आए सी क्योंकि मैं खुद चड़ूनी साहब की जथेबंदी दे विच सेवा निभा रहा, पंजाब और हिमाचल का इंचार्ज है और राष्ट्रीय कोर कमेटी का मैंबर हाँ। मैं तो गल हुंदी रहिंदी है और मैं समझदा जिन्हें चड़ूनी साहब साडी किसानी नौजवानी और साडे देश दे लई चिंतित ने, मेरा ख्याल मैं अज तक कोई जथेबंदी का होर प्रधान इन्ना चिंतित नहीं देखिया क्योंकि ये जो भी काम करते ने वो बड़ा ही सोच समझ के और हमेशा ही देश दे पंजाब दे हरियाणे दे पक्ष दे विच खड़दे है और तुसी देखिया होगा कि जिहड़ा संघर्ष चलिया पिछे वो भी संघर्ष साडा शंभू बैरीयर ते रह जाणा सी जेकर चड़ूनी साहब वो बैरीगेट ना तोड़दे और वह संघर्ष सारा लैके दिल्ली ना पहुँचते। तो मैं समझदा कि यह जे जुझारू नेता दे मगर यह जे जुझारू आगू दे मगर सानू लोगों नू चलण दी लोड़ है तां जो आपां इस देश नू बचा सकीए माड़े लोगों तो कोऑपरेटिव घराणियां तो बचा सकीए क्योंकि अज जिद्दां चड़ूनी साहब भी दस के गए है कि अज लड़ाई तो जिंदा रहण दी है, जिंदा रहांगे तो लड़ांगे ना, जिंदा रहण दी लड़ाई है क्योंकि बाकी तो सब कुछ खोलिया साडा कारपोरेट घराणिया ने। और देखो तुसी कैसी गल है कि सिर्फ 8-9 जिहड़े कोऑपरेटिव घराणे ने उही इस देश नू सारे नू चला रहे हैं और देश का पैसा खा रहे हैं, बाकी जिहड़े व्यापारी जां होर तुसी अज कोई भी किसी भी तुसी बिजनेसमैन नू किसी भी तुसी अज व्यापारी नू छोटे दुकानदार नू तुसी किसी भी बंदे नू पुछ के देख लो वो कहेगा कि मेरे को काम नहीं रहा। सो इस करके अज चड़ूनी साहब इस देश लई इस देश की नौजवानी इस किसानी और व्यापार दे लई छोटे व्यापारियों लई छोटे दुकानदारों लई लड़ रहे और मैं समझदा सानू सारयां नू इन्हां दा साथ देना चाहिए। गुरनाम सिंह चड़ूनी समराला विखे हुए एक समागम च शिरकत करन पहुंचे सन। समराला तो दीपक चानना दी रिपोर्ट, D5 चैनल पंजाबी। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम naibtehsildar.com D5 चैनल पंजाबी। हुणे सबस्क्राइब करो, बैल आइकन ते क्लिक करो।